ਸਾਡੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਦੋ ਵਰਡਸ ਬਾਰੇ ਦੋਵਾਂ ਦੀ ਪ੍ਰੋਨਨਸੀਏਸ਼ਨ ਸੇਮ ਆ ਦੋਵਾਂ ਨੂੰ ਆਪਾਂ ਕਾਉਂਸਲ ਕਹਿੰਦੇ ਆ ਦੋਵਾਂ ਨੂੰ ਹੁਣ ਆਪਾਂ ਇੱਕ ਇੱਕ ਕਰਕੇ ਦੇਖਦੇ ਆ ਤੇ ਉਹਨਾਂ ਦੇ मीनिंग ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆ ਸਭ ਤੋਂ ਪਹਿਲਾਂ ਕੀ ਹੈਗਾ ਏ C O U N C I L ਇਹਦਾ ਮਤਲਬ ਕੀ ਹੁੰਦਾ ਏ A group that consults or advises ਲੋਕਾਂ ਦਾ ਇੱਕ ਸਮੂਹ ਲੋਕਾਂ ਦਾ ਇੱਕ ਗਰੁੱਪ ਜਿਹਦਾ ਕੰਮ ਕੀ ਆ ਸਲਾਹ ਦੇਣਾ ਜਾਂ ਸਲਾਹ ਕਰਨਾ ਠੀਕ ਹੈ ਹੁਣ ਐਗਜ਼ਾਮਪਲਸ ਦੇਖਦੇ ਆ ਜਿਹਦੇ ਨਾਲ ਤੁਹਾਨੂੰ ਜ਼ਿਆਦਾ ਕਲੀਅਰ ਹੋ ਜਾਊਗਾ ਟੀਚਰਸ ਹੈਵ ਕਨਸਟੀਟਿਊਟਿਡ ਏ ਸਟੂਡੈਂਟਸ ਕਾਉਂਸਲ ਟੀਚਰਸ ਨੇ ਕੀ ਕੀਤਾ ਹੈ ਟੀਚਰਸ ਹੈਵ ਕਨਸਟੀਟਿਊਟਿਡ ਕਨਸਟੀਟਿਊਟਿਡ ਮਤਲਬ ਬਣਾਉਣਾ ਏ ਸਟੂਡੈਂਟਸ ਕਾਉਂਸਲ ਕਿ ਉਹਨਾਂ ਨੇ ਇੱਕ ਸਟੂਡੈਂਟਸ ਦਾ ਕਾਉਂਸਲ ਬਣਾਇਆ ਹੈ ਜਿਹਦੇ ਵਿੱਚ ਕੁਝ ਸਟੂਡੈਂਟ ਹੋਣਗੇ ਤੇ ਇਹ ਸਟੂਡੈਂਟਸ ਕੀ ਕਰਨਗੇ ਹੁਣ ਕਿਉਂਕਿ ਇਹਨਾਂ ਦਾ ਕਾਉਂਸਲ ਆ ਤਾਂ ਇਹਨਾਂ ਦਾ ਕੰਮ ਕੀ ਹੋਊਗਾ ਸਲਾਹ ਦੇਣਾ ਇਹ ਸਲਾਹ ਦੇਣਗੇ ਕਿਹਨੂੰ ਸਲਾਹ ਦੇਣਗੇ ਟੀਚਰਸ ਨੂੰ ਸਲਾਹ ਦੇਣਗੇ ਵੀ ਤੁਹਾਡੇ ਪੜਾਉਣ ਵਿੱਚ ਇਹ ਕਮੀ ਹੈਗੀ ਆ ਸਾਨੂੰ ਇੱਥੇ ਦਿੱਕਤ ਆ ਰਹੀ ਹੈ ਕਿਵੇਂ ਆਪਾਂ ਇੰਪਰੂਵਮੈਂਟ ਕਰ ਸਕਦੇ ਆ ਉਹਨਾਂ ਸਾਰੀਆਂ ਚੀਜ਼ਾਂ ਬਾਰੇ ਕਾਉਂਸਲਾ ਦਊਗਾ ਸਟੂਡੈਂਟਸਲਾ ਦੇਣਗੇ ਕਿਹਨੂੰ ਸਲਾਹ ਦੇਣਗੇ ਟੀਚਰਸ ਨੂੰ ਤਾਂ ਉਹਨਾਂ ਦੀ ਇੱਕ ਬਾਡੀ ਬਣ ਗਈ ਉਹਨਾਂ ਦਾ ਇੱਕ ਗਰੁੱਪ ਬਣ ਗਿਆ ਜਿਹਦਾ ਕੰਮ ਹੈ ਸਲਾਹ ਦੇਣਾ ਉਸ ਤੋਂ ਬਾਅਦ ਦ ਲੋਕਲ ਕਾਉਂਸਲ ਹੈਜ਼ ਰੀਸੈਂਟਲੀ ਅਕਵਾਇਰਡ ਦਾ ਸਾਈਟ ਪਿਛਲੀ ਵੀਡੀਓ ਜੇ ਤੁਸੀਂ ਦੇਖੀ ਸੀਗੀ ਉਹਦੇ ਵਿੱਚ ਮੈਂ ਐਸ ਆਈਟੀ ਇਹ ਸਾਈਟ ਦਾ ਮਤਲਬ ਦੱਸਿਆ ਸੀਗਾ ਜਗ੍ਹਾ ਹੁੰਦਾ ਹੈ ਲੋਕਲ ਕਾਉਂਸਲ ਕੀ ਹੁੰਦਾ ਹੈ ਕੋਈ ਲੋਕਲ ਬਾਡੀ ਗਵਰਨਮੈਂਟ ਬਾਡੀ ਜਿਵੇਂ ਪੰਚਾਇਤ ਹੋਗੀ ਹੁਣ ਆਪਾਂ ਪਿੰਡਾਂ ਵਿੱਚ ਦੇਖਦੇ ਆਂ ਕਈ ਵਾਰੀ ਆਪਾਂ ਕਹਿੰਦੇ ਆਂ ਕਿ ਆਹ ਜਿਹੜੀ ਜ਼ਮੀਨ ਹੈਗੀ ਆ ਪੰਚਾਇਤ ਦੀ ਜ਼ਮੀਨ ਹੈ ਮਤਲਬ ਪੰਚਾਇਤ ਨੇ ਇਹ ਜ਼ਮੀਨ ਖਰੀਦੀ ਹੋਈ ਹੈ ਤਾਂ ਇਸ ਸੈਂਟੈਂਸ ਵਿੱਚ ਕੀ ਕਹਿ ਰਿਹਾ ਹੈ ਕਿ ਕੋਈ ਏਰੀਆ ਦਾ ਜਿਹੜਾ ਲੋਕਲ ਬਾਡੀ ਸੀ ਜੋ ਉੱਥੋਂ ਦੀ ਪੰਚਾਇਤ ਸੀ ਜਾਂ ਉੱਥੋਂ ਦੀ ਕੋਈ ਮਿਊਨਿਸਪੈਲਿਟੀ ਸੀਗੀ ਉਹਨੇ ਕੀ ਕੀਤਾ ਇੱਕ ਜਗ੍ਹਾ ਖਰੀਦ ਲਈ ਉਸ ਤੋਂ ਬਾਅਦ COUNSCIL ਇਹਦਾ ਮਤਲਬ ਕੀ ਹੁੰਦਾ ਸਲਾਹ ਐਡਵਾਈਸ ギਵਨ ਸਪੈਸ਼ਲੀ ਐਸ ਅ ਰਿਜ਼ਲਟ ਆਫ ਕੰਸਲਟੇਸ਼ਨ ਸਲਾਹ ਦੇਣਾ ਠੀਕ ਹੈ ਕੋਈ ਸਲਾਹ ਜਿਹੜੀ ਆਪਾਂ ਦੰਨੇ ਆ ਠੀਕ ਹੈ ਕਦੋਂ ਸਲਾਹ ਕਰਨ ਤੋਂ ਬਾਅਦ مشورہ ਕਰਨ ਤੋਂ ਬਾਅਦ ਆਪਸ ਸਲਾਹ مشورہ ਕਰਦੇ ਆ ਸਾਰੀਆਂ ਚੀਜ਼ਾਂ ਡਿਸਕਸ ਕਰਦੇ ਆ ਉਸ ਤੋਂ ਬਾਅਦ ਜਿਹੜੀ ਸਲਾਹ ਦਿੰਨੇ ਉਹਨੂੰ ਆਪਾਂ ਕਾਉਂਸਲ ਕਹਿੰਦੇ ਆ ਕਾਉਂਸਲ ਆਫਟਰ ਐਕਸ਼ਨ ਇਸ ਲਾਈਕ ਕ੍ਰੇਨ ਆਫਟਰ ਹਾਰਵੈਸਟ ਜਦੋਂ ਤੁਸੀਂ ਕੋਈ ਕੰਮ ਕਰ ਹੀ ਲਿਆਏ ਉਦੋਂ ਬਾਅਦ ਤੁਹਾਨੂੰ ਕੋਈ ਸਲਾਹ ਦੇਵੇ ਯਾਰ ਤੈਨੂੰ ਇਹ ਚੀਜ਼ ਨਹੀਂ ਕਰਨੀ ਚਾਹੀਦੀ ਸੀ ਜਾਂ ਤੈਨੂੰ ਇਹ ਚੀਜ਼ ਆਏ ਕਰਨੀ ਚਾਹੀਦੀ ਸੀ ਇੱਥੇ ਕੀ ਕਹਿ ਰਿਹਾ ਕਿ ਜਦੋਂ ਕੰਮ ਕਰਨ ਤੋਂ ਬਾਅਦ ਸਲਾਹ ਦਿੱਤੀ ਜਾਂਦੀ ਆ ਉਹ ਆਏ ਹੁੰਦੀ ਆ ਜਿਵੇਂ ਫਸਲ ਦੀ ਫਸਲ ਨੂੰ ਵੱਢਣ ਤੋਂ ਬਾਅਦ ਮੀਂਹ ਪੈਂਦਾ ਹੋਵੇ ਮੀਂਹ ਦੀ ਜ਼ਰੂਰਤ ਕਦੋਂ ਹੁੰਦੀ ਆ ਫਸਲ ਜਦੋਂ ਉਗ ਰਹੀ ਹੋਵੇ ਵੱਡੀ ਜਾਣ ਤੋਂ ਬਾਅਦ ਤਾਂ ਮੀਂਹ ਦੀ ਜ਼ਰੂਰਤ ਨਹੀਂ ਹੈਗੀ ਤਾਂ ਉਹੀ ਗੱਲ ਆ ਵੀ ਐਕਸ਼ਨ ਹੋ ਗਿਆ ਆਪਾਂ ਕੰਮ ਕਰ ਲਿਆ ਉਸ ਤੋਂ ਬਾਅਦ ਤੁਸੀਂ ਸਲਾਹ ਦੇ ਰਹੇ ਉਹਦਾ ਕੋਈ ਫਾਇਦਾ ਨਹੀਂ ਹੈਗਾ ਉਸ ਤੋਂ ਬਾਅਦ ਆਈ ਊਡ ਕਾਉਂਸਲ ਯੂ ਟੂ ਸੇ ਨਥਿੰਗ ਅਬਾਊਟ ਦਾ ਇਨਸੀਡੈਂਟ ਇਨਸੀਡੈਂਟ ਦਾ ਮਤਲਬ ਕੀ ਹੁੰਦਾ ਕੋਈ ਘਟਨਾ ਐਡਵਾਈਸ ਸਲਾਹ ਦੇਣੀ ਕਾਉਂਸਲ ਮਤਲਬ ਐਡਵਾਈਸ ਦੇਣੀ ਸਲਾਹ ਦੇਣੀ ਕਿ ਮੈਂ ਤੁਹਾਨੂੰ ਇਹ ਸਲਾਹ ਦੰਨਾ ਹੈਗਾ ਕਿ ਤੁਸੀਂ ਇਸ ਘਟਨਾ ਬਾਰੇ ਕੋਈ ਗੱਲ ਨਾ ਕਰੋ ਇਸ ਬਾਰੇ ਹੋਰ ਗੱਲ ਕਰਨ ਦੀ ਆਪਾਂ ਨੂੰ ਨਹੀਂ ਲੋੜ। ਮੈਨੂੰ ਉਮੀਦ ਹੈ ਤੁਹਾਨੂੰ ਇਹ ਦੋਵੇਂ ਵਰਡ ਸਮਝ ਆ ਗਏ ਹੋਣਗੇ। ਵੀਡੀਓ ਦੇਖਣ ਲਈ ਧੰਨਵਾਦ।